ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਹੜੇ ਵਿਦਿਆਰਥੀ ਐਗਜ਼ਾਮ ਦੇ ਰਹੇ ਨੇ ਉਹ ਸਾਰੇ ਹੀ ਦੇਖ ਸਕਦੇ ਨੇ ਕਿ ਸ਼ੀਟ ਕਿਸ ਤਰ੍ਹਾਂ ਦੀ ਹੁੰਦੀ ਹੈ ਪਿਛਲੀ ਵੀਡੀਓ ਵਿੱਚ ਮੈਂ ਦੱਸਿਆ ਸੀ ਕਿ 36 ਪੇਜ ਦੀ ਤੇ 24 ਪੇਜ ਦੀ ਹੁੰਦੀ ਹੈ ਸ਼ੀਟ ਲੇਕਿਨ ਇਨਸਟਰਕਸ਼ਨ ਸੇਮ ਹੀ ਹੁੰਦੀਆਂ ਹਨ ਇਹ ਸ਼ੀਟ ਦਾ ਪਹਿਲਾ ਪੰਨਾ ਹੈ ਕਿ ਤੁਸੀਂ ਐਗਜ਼ਾਮ ਤੋਂ ਪਹਿਲਾਂ ਇਹ ਜਾਣ ਸਕੋ ਕਿ ਕੀ ਇਨਸਟਰਕਸ਼ਨਸ ਨੇ ਕੀ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਹੈ ਔਰ ਅਸੀਂ ਬੈਟਰ ਕਿਸ ਤਰ੍ਹਾਂ ਕਰ ਸਕਦੇ ਹਾਂ ਲਰਨ ਕਰ ਸਕੀਏ ਉੱਤਰ ਕਾਪੀ 36 ਪੰਨੇ ਦੀ ਹੈ ਇਹ ਇੱਥੇ ਲਿਖਿਆ ਹੁੰਦਾ ਹੈ ਅਨਸਰ ਬੁੱਕਲੇਟ ਕੰਟੈਂਟ 36 ਪੇजेस ਪ੍ਰੀਖਿਆਰਤੀ ਵੱਲੋਂ ਭਰੇ ਜਾਣ ਇਹ ਜੋ ਚੀਜ਼ਾਂ ਹਨ ਪ੍ਰੀਖਿਆਰਤੀ ਵੱਲੋਂ ਭਰੀਆਂ ਜਾਣੀਆਂ ਹਨ ਸ਼੍ਰੀਣੀ ਕਲਾਸ ਕਿਹੜੀ ਹੈ ਮਿਤੀ ਡੇਟ ਮਾਧਿਅਮ ਤੁਸੀਂ ਜ਼ਰੂਰ ਲਿਖਣਾ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਫੋਰਨ ਜਾਣਾ ਹੁੰਦਾ ਹੈ ਜੇਕਰ ਉਹਨਾਂ ਦਾ ਕੇਸ ਓਪਨ ਹੁੰਦਾ ਹੈ ਕੋਈ ਵਿਵਾਦ ਹੁੰਦਾ ਹੈ ਤੇ ਲਾਸਟ ਵਿੱਚ ਅੰਤਿਮ ਤੌਰ ਤੇ ਪੇਪਰ ਦੇ ਉੱਤੇ ਲਿਖਿਆ ਦੇਖਿਆ ਜਾਂਦਾ ਹੈ ਮੀਡੀਅਮ ਕਿਹੜਾ ਭਰਿਆ ਸੀ ਔਰ ਕਿਸ ਪੇਪਰ ਚ ਮੀਡੀਅਮ ਪੇਪਰ ਵਿੱਚ ਮੀਡੀਅਮ ਵਿੱਚ ਪੇਪਰ ਦਿੱਤਾ ਗਿਆ ਹੈ ਸੋ ਇਹ ਕੇਅਰਫੁਲੀ ਪੜਨਾ ਹੈ ਫੌਰੀਨ ਜਾਣਾ ਹੈ ਤਾਂ ਇੰਗਲਿਸ਼ ਨੂੰ ਪ੍ਰੈਫਰ ਕੀਤਾ ਜਾ ਸਕਦਾ ਹੈ ਹਾਂ ਜੇ ਉੱਥੇ ਜਾ ਕੇ ਪੰਜਾਬੀ ਅਧਿਆਪਕ ਲੱਗਣਾ ਹੈ ਤਾਂ ਇੱਥੇ ਪੰਜਾਬੀ ਲਿਖਿਆ ਹੋਏਗਾ ਤਾਂ ਫਾਇਦਾ ਮਿਲਦਾ ਹੈ ਇਹ ਗੱਲਾਂ ਵੱਖਰੀਆਂ ਹਨ ਵਿਸ਼ਾ ਤੁਸੀਂ ਆਪਣਾ ਲਿਖ ਦਿੱਤਾ ਪਰਚਾ ਲਿਖ ਦਿੱਤਾ ਆਪਸ਼ਨ 1 2 3 ਤੁਸੀਂ ਇਹ ਚੀਜ਼ਾਂ ਪੜਨ ਲਈ ਕਿਤੇ ਕਨਫਿਊਜ਼ ਕਦੇ ਨਹੀਂ ਹੋਣਾ ਜਿਹੜਾ ਕੁਐਸਚਨ ਪੇਪਰ ਮਿਲਿਆ ਹੈ ਕੁਐਸਚਨ ਪੇਪਰ ਦੇ ਸ਼ਿਖਰ ਤੇ ਸਿਰ ਤੇ ਦੇਖੋ ਇਹ ਸਾਰਾ ਕੁਝ ਆਪਸ਼ਨ ਵੀ ਮਿਲੇਗੀ ਪਰਚਾ ਕੀ ਲਿਖਿਆ ਹੈ ਸਬਜੈਕਟ ਕੀ ਲਿਖਿਆ ਹੈ ਉਹ ਸਾਰਾ ਕੁਝ ਲਿਖ ਦੇਣਾ ਹੈ ਅਦਰਵਾਈਜ਼ ਤੁਹਾਨੂੰ ਪਤਾ ਲਿਖੀ ਹੈ ਅੱਛਾ ਇੱਥੇ ਕੰਟਰੋਲਰ ਸਟੈਂਪ ਲਿਖਿਆ ਹੋਇਆ ਹੈ ਟੂ ਬੀ ਫਿਲਡ ਬਾਈ ਦੀ ਕੈਂਡੀਡੇਟ ਇਹ ਇੱਥੇ ਤੁਹਾਡੇ ਜਿਹੜਾ ਹੈ ਰੋਲ ਨੰਬਰ ਇਨ ਫਿਗਰ ਲਿਖਣਾ ਹੈ ਬੈਟਰ ਇਸ ਤਰ੍ਹਾਂ ਹੈ ਕਿ ਮੰਨ ਲਓ 456 ਹੈ 4 5 6 ਇਸ ਤਰ੍ਹਾਂ ਵੀ ਲਿਖਿਆ ਜਾਂਦਾ ਹੈ 4 6 ਐਂਡ 4 5 ਐਂਡ 6 ਜੋ ਵੀ ਤੁਹਾਡਾ ਨੰਬਰ ਹੈ ਇਸ ਤਰ੍ਹਾਂ ਲਿਖਣਾ ਕਿ NA 1000 NA 100 NA ਸੈਂਕੜਾ ਦੀ بجائے ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ ਸੋ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈ ਇਨਵਿਜੀਲੇਟਰ ਨੂੰ ਪੁੱਛੋ ਇਨਵਿਜੀਲੇਟਰ ਕਈ ਵਾਰ ਜਿਸ ਤਰ੍ਹਾਂ ਉਹਨਾਂ ਦਾ ਸਕੀਮਾ ਹੈ ਉਸ ਤਰ੍ਹਾਂ ਤੁਸੀਂ ਕਰਨਾ ਹੈ ਜਿਸ ਤਰ੍ਹਾਂ ਉਹ ਕਹਿੰਦੇ ਨੇ ਤੁਸੀਂ ਲਿਖ ਦੇਣਾ ਹੈ ਹਾਂ ਸੌਰੀ ਇੱਥੇ ਤਾਂ ਫਿਗਰ ਵਿੱਚ ਆ ਗਿਆ ਇੱਥੇ ਵਰਡਸ ਵਿੱਚ ਆਣਾ ਹੈ ਨਾ ਵਰਡਸ ਵਿੱਚ ਲਿਖ ਦਿੱਤਾ ਤੁਸੀਂ ਕਲਾਸ ਆਪਣੀ ਲਿਖ ਦਿੱਤੀ ਸਬਜੈਕਟ ਲਿਖ ਦਿੱਤਾ ਪੇਪਰ ਆਪਸ਼ਨ ਇੱਧਰ ਸੇਮ ਫਿਲ ਹੋ ਰਿਹਾ ਹੈ ਔਰ ਨੰਬਰ ਆਫ ਪੇजेस ਫੀਲਡ ਕੁਐਸਚਨ ਅਟੈਂਟਡ ਕਿੰਨੇ ਕੀਤੇ ਨੇ ਫੁੱਲ ਸਿਗਨੇਚਰ ਆਫ ਸੁਪਰੀਡੈਂਡੈਂਟ ਸੋ ਨੰਬਰ ਤੁਸੀਂ ਕਿੰਨੇ ਪੇਜ ਫਿਲ ਕੀਤੇ ਹੈ ਉਸ ਤੋਂ ਬਾਅਦ ਕਰਾਸ ਕਰਨਾ ਜ਼ਰੂਰੀ ਹੁੰਦਾ ਹੈ ਇਹ ਬੈਟਰ ਇਸ ਲਈ ਹੈ ਜਦੋਂ ਤੁਹਾਡੇ ਪੇਪਰ ਚੈੱਕ ਕੀਤੇ ਜਾਂਦੇ ਹਨ ਕਈ ਵਾਰ ਟੀਚਰ ਜੋ ਪੇਪਰ ਚੈੱਕ ਕਰ ਰਿਹਾ ਹੈ ਉਹ ਇਰੀਟੇਟ ਹੋ ਜਾਂਦੇ ਨੇ ਕਿ ਇਸ ਨੇ ਕਰਾਸ ਨਹੀਂ ਕੀਤਾ ਇਹਨੇ ਮੇਰਾ 1 ਮਿੰਟ ਖਰਾਬ 30 ਸੈਕਿੰਡ ਖਰਾਬ ਕੀਤੇ ਤੇ ਜਦੋਂ ਉਹ ਉਹਨਾਂ ਦੇ ਟਾਈਮ ਖਰਾਬ ਤੁਸੀਂ ਕਰਦੇ ਹੋ ਐਗਜ਼ਾਮੀਨਰ ਦਾ ਜਿਹੜੇ ਪੇਪਰ ਤੁਹਾਡੇ ਮਾਰਕ ਕਰ ਰਹੇ ਨੇ ਤੇ ਨੇਚਰਲੀ ਹੈ ਕਿ ਉਹਨਾਂ ਦੀ ਗੁੱਸੇ ਦੀ ਟੈਂਡੈਂਸੀ ਵਾਧੀ ਹੈ ਗੁੱਸੇ ਦੀ ਟੈਂਡੈਂਸੀ ਵਿੱਚ ਇੱਕ ਮਾਰਕਸ ਕੱਟ ਸਕਦੇ ਸੈਕ ਲੋਜੀਕਲ ਫੈਕਟਰ ਹੈ ਇਸ ਲਈ ਐਗਜ਼ਾਮੀਨਰ ਨੂੰ ਹਮੇਸ਼ਾ ਫੈਸਿਲੀਟੇਟ ਕਰੀਦਾ ਹੁੰਦਾ ਆ ਅ ਅੱਛਾ ਇੱਥੇ ਕੀ ਲਿਖਿਆ ਹੈ ਕਿ एलिਜੀਬਲ ਆਨਸਰਜ਼ ਰਿਟਨ ਓਨਲੀ ਇਨ ਬਲੂ ਇਨਕ ਕੈਪੀਟਲ ਕਰਕੇ ਲਿਖਿਆ ਹੈ ਅੰਡਰਲਾਈਨ ਵੀ ਕੀਤਾ ਹੈ ਬਲੂ ਇਨਕ ਇਟ ਮੀਨਸ ਬਲੈਕ ਜਾਂ ਹੋਰ ਕੋਈ ਕਲਰ ਦੀ ਇਨਕ ਦਾ ਵਾਲਾ ਪੈਨ ਨਹੀਂ ਚੱਲੇਗਾ ਵਿਲ ਬੀ ਮਾਰਕਡ ਅਦਰਵਾਈਜ਼ ਆਨਸਰ ਸ਼ਲ ਬੀ ਅਵਾਰਡਡ ਜ਼ੀਰੋ ਜੇਕਰ ਅਹ ਪੜਿਆ ਤੁਹਾਡਾ ਜੋ ਲਿਖਿਆ ਹੈ ਉਹ ਇੰਨੀ ਹੈਂਡਰਾਈਟਿੰਗ ਅੱਛੀ ਹੋਣੀ ਚਾਹੀਦੀ ਹੈ ਕਿ ਪੜਿਆ ਜਾਵੇ ਜੇ ਨਹੀਂ ਪੜਿਆ ਜਾਂਦਾ ਤਾਂ ਵੀ ਜ਼ੀਰੋ ਮਾਰਕਸ ਦਿੱਤਾ ਜਾ ਸਕਦਾ ਹੈ ਔਰ ਬਲੂ ਇਨਕ ਨਹੀਂ ਵਰਤੀ ਤਾਂ ਵੀ ਜ਼ੀਰੋ ਕੀਤਾ ਜਾ ਸਕਦਾ ਹੈ ਅਸਲ ਵਿੱਚ ਕਈ ਵਿਦਿਆਰਥੀ ਦੋ ਤਰ੍ਹਾਂ ਦੇ ਪੈਨ ਦਾ ਪ੍ਰਯੋਗ ਕਰਦੇ ਪੈਨਸਿਲ ਦਾ ਪ੍ਰਯੋਗ ਕਰਦੇ ਹਨ ਉਹਨਾਂ ਇਹ ਇਸ ਇਨਸਟਰਕਸ਼ਨ ਮੁਤਾਬਕ ਉਹ ਗਲਤ ਨਹੀਂ ਹਾਂ ਜਿਹੜੇ ਐਗਜ਼ਾਮੀਨਰ ਨੇ ਕਿਉਂਕਿ ਉਹ ਕਾਲੀ ਵਿੱਚ ਨੇ ਉਹਨਾਂ ਨੂੰ 18 ਰੁਪਏ ਮਿਲਨੇ ਹੁੰਦੇ ਹਨ ਔਰ ਉਹਨਾਂ ਨੇ ਆਪਣੇ ਬੀਜ਼ੀ ਸ਼ਡਿਊਲ ਚੋਂ ਆਂਦੇ ਉਹ ਜੋ ਪੇਪਰ ਚੈੱਕ ਕਰਦੇ ਨੇ ਨੇਚਰਲੀ ਹੈ ਕਿ ਕਾਲਜ ਤੋਂ ਛੁੱਟੀ ਲੈਣਾ ਸੌਖਾ ਨਹੀਂ ਹੈ ਪ੍ਰਾਈਵੇਟ ਤੋਂ ਲੈਣਾ ਬਹੁਤ ਔਖਾ ਹੁੰਦਾ ਹੈ ਸੋ ਉਹਨਾਂ ਨੂੰ ਹੁੰਦਾ ਹੈ ਕਿ ਮੈਕਸਿਮਮ ਅਸੀਂ ਪੇਪਰ ਚੈੱਕ ਕਰ ਦਈਏ ਤੇ ਪੇਪਰ ਚੈੱਕ ਕਰਕੇ ਨੇਚਰਲੀ ਹੈ ਕਿ ਕਿਉਂਕਿ ਤਨਖਾਹਾਂ ਤੁਹਾਨੂੰ ਪਤਾ ਕਿੱਦਾਂ ਮਿਲਦੀਆਂ ਹਨ ਤੇ ਉਹ ਕਮਾ ਲੈਣ ਉਹ ਬਿਲਕੁਲ ਠੀਕ ਨਹੀਂ ਕੋਈ ਗਲਤੀ ਨਹੀਂ ਕਰ ਰਹਾ ਹੈ ਸੋ ਉਹ ਕੀ ਕਰਦੇ ਨੇ ਦਇਆ ਭਾਵਨਾ ਤੁਹਾਡੇ ਨਾਲ ਰੱਖ ਕੇ ਤੁਹਾਡੀ ਰਿਪੋਰਟ ਨਹੀਂ ਕਰਦੇ ਸੁਪਰੀਡੈਂਡੈਂਟ ਨੂੰ ਕਿ ਇਸ ਨੇ ਬਲੈਕ ਵਰਤਿਆ ਹੈ ਪੈਨਸਲ ਵਰਤੀ ਹੈ ਮਾਰਕ ਲਗਾਇਆ ਹੋਇਆ ਹੈ ਉਹ ਨਹੀਂ ਕਰਦੇ ਨਾਰਮਲੀ ਪਰ ਉਹ ਕੀਤਾ ਜਾ ਸਕਦਾ ਹੈ ਇਸ ਦੀ ਸੰਭਾਵਨਾ ਹੈ ਜੇ ਕੀਤੀ ਜਾਂਦੀ ਹੈ ਤੁਸੀਂ ਕੋਈ ਕੇਸ ਨਹੀਂ ਕਰ ਸਕਦੇ No supplementary answer booklet will be issued ਕੋਈ ਇਸ ਤੋਂ ਐਕਸਟਰਾ ਸ਼ੀਟ ਨਹੀਂ ਮਿਲਣੀ 36 ਪੇਜ ਹੈ ਪਹਿਲੇ ਪੇਜ ਤੇ ਇਹ ਆ ਗਿਆ ਹੈ ਬੈਕ ਤੋਂ ਲੈ ਕੇ 35 ਪੇਜ ਬਚਦੇ ਨੇ ਉੱਤੇ ਤੁਸੀਂ ਲਿਖ ਸਕਦੇ ਹੋ ਚੈੱਕ ਐਂਡ ਮਾਰਕ ਦੀ 36 ਪੇਜ ਆਫ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਜਦੋਂ ਪੇਜ ਦੇਖਦੇ ਹਾਂ ਸਾਰੇ ਸ਼ੀਟਾਂ ਨੂੰ ਫੋਲ ਕੇ ਦੇਖਣਾ ਹੈ ਕਿ ਕੋਈ ਜੇ ਪੇਜ ਫਟਿਆ ਤਾਂ ਨਹੀਂ ਹੈ ਜੇ ਹੈ ਤਾਂ ਇਮੀਡੀਏਟ ਵਾਪਸ ਕੀਤੇ ਜਾਵੇ ਇਹ ਫਿਲ ਕਰਨ ਤੋਂ ਪਹਿਲਾਂ ਇਹ ਕੰਮ ਕਰ ਲਿਆ ਜਾਵੇ ਜੇ ਕੋਈ ਫਟੀ ਹੈ ਸ਼ੀਟ ਉਸ ਨੂੰ ਵਾਪਸ ਕਰਕੇ ਚੇਂਜ ਕਰ ਲਈ ਜਾਵੇ ਕਿਉਂਕਿ ਯੂਨੀਵਰਸਿਟੀ ਦੇ ਜੋ ਕੰਟਰੋਲਰ ਆਪਣੇ ਕੋਆਰਡੀਨੇਟਰ ਨੇ ਸੈਂਟਰ ਸੁਪਰੀਨਟੈਂਡੈਂਟ ਨੇ ਉਹਨਾਂ ਜਵਾਬਦੇਹੀ ਹੈ ਹਰ ਸ਼ੀਟ ਦਾ ਹਿਸਾਬ ਕਿਤਾਬ ਉਹਨਾਂ ਨੇ ਯੂਨੀਵਰਸਿਟੀ ਨੂੰ ਦੇਣਾ ਹੁੰਦਾ ਹੈ ਡੋਨਟ ਰਾਈਟ ਯੂਰ ਨੇਮ অর ਯੂਰ ਕਾਲਜ অর ਮੇਕ ਐਨੀ ਆਇਡੈਂਟੀਫਿਕੇਟ ਆਇਡੈਂਟੀਫਿਕੇਟ ਮਾਰਕ ਐਨੀ ਵੇਅਰ ਇਨ ਦੀ ਅਨਸਰ ਬੁੱਕਲੇਟ ਡੋਂਟ ਰਾਈਟ ਯਰ ਰੋਲ ਨੰਬਰ ਇਨਸਾਈਡ ਦੀ ਬੁੱਕਲੇਟ ਸਿੰਪਲ ਗੱਲ ਹੈ ਕਿ ਕੋਈ ਵੀ ਨਿਸ਼ਾਨੀ ਤੁਸੀਂ ਨਹੀਂ ਲਾਉਣੀ ਵੈਸੇ ਤਾਂ ਕੋਈ ਰਿਲੀਜੀਅਸ ਮਾਰਕ ਜਾਂ ਕੋਈ ਆਪਣਾ ਨਾਮ ਜਾਂ ਰੋਲ ਨੰਬਰ ਜਾਂ ਕੋਈ ਹੋਰ ਮਾਰਕ ਅ ਅਨਸਰ ਬੁੱਕਲੇਟ ਦੇ ਬਾਹਰ ਜਾਂ ਉਧਰ ਕਿਤੇ ਵੀ ਨਹੀਂ ਲਿਖਣਾ ਹੁੰਦਾ ਤੁਹਾਨੂੰ ਕੀਤਾ ਜਾ ਸਕਦਾ ਹੈ ਜ਼ੀਰੋ ਮਾਰਕ ਦਿੱਤਾ ਜਾ ਸਕਦਾ ਹੈ ਕੱਢਿਆ ਜਾ ਸਕਦਾ ਹੈ ਤੁਹਾਨੂੰ ਐਗਜ਼ਾਮ ਚੋਂ Any candidate found guilty of disclosing his identity or possessing his any book or papers uh, of any kind, uh, attempting to receive help from any source in any manner. or a render attempt to render help to other candidate will entail entail the penalty of cancellation of paper disqualification and expulsion so assi malpractice kinni chaldi hai e ta exam center to exam center vary karda hai kai bahut acche vi chalde ne aur kai jagah ishare ho jande ne so lekin apraadh apraadh hi hunda hai apni zameer nu tusi jawab dena hai so innu ਬਾਦ ਚ ਪੜੋ ਪਹਿਲਾਂ ਆਪਣੀ ਜ਼ਮੀਰ ਨੂੰ ਪੜ ਲਓ ਕਿ ਆਪਣੇ ਹੱਕ ਹਲਾਲ ਦੀ ਕਮਾਈ ਦਾ ਲਰਨ ਕਰਕੇ ਪੇਪਰ 'ਚ ਲਿਖ ਕੇ ਆਓ ਇਸ ਲਈ ਕੋਈ ਵੀ ਤੁਸੀਂ ਆਡੈਂਟਿਟੀ ਉੱਥੇ ਨਾ ਦਿਓ ਕਿਸੇ ਬੱਚੇ ਦੀ ਹੈਲਪ ਨਾ ਕਰੋ ਜਾਂ ਕੋਈ ਸਲਿੱਪ ਵਗੈਰਾ ਵਿੱਚ ਨਾਂ ਲੈ ਕੇ ਜਾਓ ਪੁਟ ਕ੍ਰੋਸ ਮਾਰਕ ਔਨ ਆਲ ਦੀ ਪੇजेस ਲੈਫਟ ਬਲੈਂਕ ਜਿੰਨੇ ਤੁਸੀਂ ਮੰਨ ਲਓ 35 ਪੇਜ ਨੇ ਮੰਨ ਲਓ ਤੁਹਾਡੇ 25 ਪੇਜ ਭਰੇ ਨੇ 10 ਪੇਜ ਖਾਲੀ ਰਹਿ ਗਏ ਉਸ ਤੇ ਇਸ ਤਰ੍ਹਾਂ ਵੱਡਾ ਕ੍ਰੋਸ ਲਗਾ ਦੇਣਾ ਹੈ ਇਹ ਇਸ ਤਰ੍ਹਾਂ ਇੱਥੇ पूरा क्रॉस उसू लगा देना है ता जो उसका मिस यूज़ ना हो सके इन केस क्वेश्चन और क्वेश्चन इज और आर अटैम्पट आफ्टर द ब्लैंक पेजेस विदाउट राइटिंग प्लीज टर्न ओवर पी टी ओ सच आंसर विल नॉट बी वैल्युएट और अनफेयर मीन केसेस विल बी इंस्टीट्यूटड जेकर ए ब्लैंक तो बाद तुसी ਕੋਈ ਕੁਐਸਚਨ ਅਟੈਂਪਟ ਕਰਦੇ ਹੋ ਕਿੰਨੇ ਬਲੈਂਕ ਹੈ ਉਸ ਤੋਂ ਬਾਅਦ ਅਟੈਂਪਟ ਕਰਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਉਸਦੇ ਮਾਰਕ ਉਹਨੂੰ ਦਿੱਤੇ ਜਾਣ ਨਾਰਮਲੀ ਅੱਛੇ ਅਧਿਆਪਕ ਜਿਹੜੇ ਦਿਆਲੂ ਅਧਿਆਪਕ ਨੇ ਉਹ ਦੇਖ ਲੈਂਦੇ ਕਿਤੇ ਲਾਸਟ ਤੇ ਤਾਂ ਨਹੀਂ ਕੀਤਾ ਫਿਰ ਕ੍ਰੋਸ ਆਪ ਮਾਰ ਦਿੰਦੇ ਨੇ ਇਹ ਡਿਪੈਂਡ ਕਰਦਾ ਹੈ ਉਹਨਾਂ ਨੂੰ ਦਇਆ ਆਈ ਹੈ ਤੁਹਾਡੇ ਤੇ ਆਦਰਵਾਇਜ਼ ਅਜੇ ਹਾਂ ਨਾ ਕਰੋ ਜੇ ਖਾਲੀ ਪੇਜ ਵਿੱਚ ਵੀ ਰਹਿ ਜਾਂਦੇ ਆ ਤੇ ਕ੍ਰੋਸ ਉੱਥੇ ਲਿਖੋ ਕਿ ਪੀਟੀਓ ਕਿ ਦੋ ਪੇਜ ਮੈਂ ਖਾਲੀ ਛੱਡੇ ਆ ਪੀਟੀਓ ਪਲੀਜ਼ ਟਰਨ ਓਵਰ ਅੱਗੇ ਜਾਓ ਅੱਗੇ ਜਾਓ ਫਿਰ ਮੈਂ ਪੇਪਰ ਕੀਤਾ ਹੋਇਆ ਹੈ ਇਹ ਲਿਖਣਾ ਜਿਹੜਾ ਹੈ ਜ਼ਰੂਰੀ ਹੋਏਗਾ ਤੁਹਾਡੇ ਲਈ ਹਨਾ ਪੋਜੀਸ਼ਨ ਆਫ ਮੋਬਾਈਲ ਫੋਨ ਪੇજર ਇਨ ਦੀ ਐਗਜ਼ਾਮੀਨੇਸ਼ਨ ਹਾਲ ਵਿਲ ਇਨਵਾਈਟ ਯੂ ਐਮ ਸੀ ਕੇਸ ਹਨਾ ਸੋ ਇਹ ਫੋਨ ਨਹੀਂ ਤੁਸੀਂ ਲੈ ਜਾ ਸਕਦੇ ਉਹਦਾ ਪ੍ਰਯੋਗ ਨਹੀਂ ਕਰ ਸਕਦੇ ਨੈਕਸਟ ਹੈ ਇਫ ਏ ਕੈਂਡੀਡੇਟ ਲੀਵਸ ਦਾ ਐਗਜ਼ਾਮੀਨੇਸ਼ਨ ਹਾਲ ਵਿਦਆਊਟ ਡਿਲੀਵਰਿੰਗ ਦਾ ਆਨਸਰ ਬੁਕਲੇਟ ਟੂ ਸੁਪਰਵਾਈਜ਼ਰ ਕਨਸਰਨ অর ਟੇਕਸ ਇਟ ਅਵੇ ਵਿਦ ਹਿਮ অর ਇੰਟੈਂਸ਼ਨਲੀ ਟੀਅਰ ਇਟ ਆਫ অর ਡਿਸਪੋਜ਼ਸ ਆਫ ਹਿਸ ਆਨਸਰ ਬੁੱਕ অর ਐਨੀ ਪਾਰਟ ਥੇਅਰ ਆਫ ਇਨਸਾਈਡ ਆਊਟਸਾਈਡ ਐਗਜ਼ਾਮੀਨੇਸ਼ਨ ਹਾਲ ਹੀ ਸ਼ੈਲ ਬੀ ਡਿਸਕੁਆਲੀਫਾਈਡ ਫਰਮ ਦਾ ਅਪੀਅਰਿੰਗ ਇਨ ਐਨੀ ਯੂਨੀਵਰਸਿਟੀ ਦੀ ਐਗਜ਼ਾਮੀਨੇਸ਼ਨ ਇਨ ਐਡੀਸ਼ਨ ਟੂ ਕੇਸ ਵਿਲ ਬੀ ਰਿਪੋਰਟਡ ਟੂ ਪੁਲਿਸ ਜੇਕਰ ਤੁਸੀਂ ਆਪਣੀ ਜਿਹੜੀ ਆਨਸਰ ਸ਼ੀਟ ਹੈ ਉਸ ਨੂੰ ਘਰ ਨੂੰ ਲੈ ਜਾਂਦੇ ਹੋ ਜੇਕਰ ਉਸ ਨੂੰ ਫਾੜ ਦਿੰਦੇ ਹੋ ਜੇਕਰ ਸੁਪਰੀਡੈਂਡੈਂਟ ਨੂੰ ਨਹੀਂ ਸੁਪਰਵਾਈਜ਼ਰ ਨੂੰ ਦਿੰਦੇ ਜੇਕਰ ਹਾਂ ਉਸ ਨੂੰ ਫਾੜ ਦਿੰਦੇ ਹੋ ਜਾਂ ਉਸ ਨੂੰ ਕਚਰੇ ਦੇ ਡੱਬੇ ਚ ਸੁੱਟ ਦਿੰਦੇ ਹੋ ਖਰਾਬ ਕਰ ਦਿੰਦੇ ਹੋ ਤਾ ਬੇਸ਼ੱਕ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਜਾਂ ਬਾਹਰ ਜਾ ਕੇ ਤਾਂ ਫਿਰ ਤੁਹਾਡਾ ਰੋਲ ਨੰਬਰ ਸਭ ਕੁਝ ਹੋਣਾ ਕੋ ਹੈ ਤੁਹਾਨੂੰ ਡਿਸਕਵੈਲਿਫਾਈ ਕੀਤਾ ਜਾਂਦਾ ਹੈ ਔਰ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਐਗਜ਼ਾਮ ਯੂਨੀਵਰਸਿਟੀ ਦੇ ਨਹੀਂ ਦੇ ਸਕਦੇ ਔਰ ਪੁਲਿਸ ਦੇ ਹਵਾਲੇ ਵੀ ਕੀਤਾ ਜਾਏਗਾ ਨੈਕਸਟ ਇਨਸਟਰਕਸ਼ਨ ਹੈ ਥੋੜੀ ਜੀ ਥੱਲੇ ਜਾ ਕੇ ਦੇਖਦੇ ਆਂ ਪੰਜਾਬੀ ਵਿੱਚ ਲਿਖਿਆ ਹੈ ਅੰ ਕੇਵਲ ਨੀਲੀ ਸਿਆਹੀ ਵਿੱਚ ਲਿਖੋ ਪੰਜਾਬੀ ਵਿੱਚ ਸੇਮ ਇਨਸਟਰਕਸ਼ਨ ਨੇ ਨੀਲੀ ਸਿਆਹੀ ਵਿੱਚ ਲਿਖੋ ਪੜਨਯੋਗ ਉੱਤਰ ਮਾਰਕ ਕੀਤੇ ਜਾਣਗੇ ਨਹੀਂ ਤਾਂ ਉੱਤਰਾਂ ਦੇ ਜ਼ੀਰੋ ਅੰਕ ਦਿੱਤਾ ਜਾਵੇਗਾ ਸੋ ਜੋ ਮੈਂ ਉੱਤੇ ਇੰਗਲਿਸ਼ ਪੜ ਕੇ ਆਇਆ ਹੋ ਇਹ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਇੱਥੇ ਰੋਲ ਨੰਬਰ ਹੈ ਮਾਰਕ ਅਵਾਰਡਡ ਬਾਈ ਰੀਵੈਲਿਊਏਟਰ ਜੇ ਰੀਵੈਲਿਊਏਟਰ ਹੈ ਤੁਹਾਡਾ ਕੋਈ ਕੰਮ ਨਹੀਂ ਹੈ ਸਰਟੀਫਾਈਡ ਥੈਟ ਆਈ ਹੈਵ ਮਾਈਸੈਲਫ ਏਵਿਐਲੂਏਟ ਥਿਸ ਅਨਸਰ ਬੁੱਕਲੇਟ ਥਰਡ ਐਗਜ਼ਾਮੀਨਰ ਸਾਈਨ ਫੁੱਲ ਚੈਕਿੰਗ ਵਗੈਰਾ ਵਗੈਰਾ ਸੋ ਇਹ ਐਗਜ਼ਾਮੀਨਰ ਦੇ ਬਾਕੀ ਕੰਮ ਨੇ ਤੁਹਾਡੇ ਕੰਮ ਨਹੀਂ ਹਨ ਇਹਨਾਂ ਪੜ੍ਹ ਕੇ ਤੁਸੀਂ ਇਹ ਦੇਖ ਲੈਣਾ ਹੈ ਕਿ ਐਗਜ਼ਾਮ ਵਗੈਰਾ ਮਾਰਕਸ ਜਿਹੜੇ ਨੇ ਉਹ ਇੱਥੇ ਲੱਗਦੇ ਨੇ ਤੁਹਾਡਾ ਕੰਮ ਨਹੀਂ ਹੈ ਟੋਟਲ ਮਾਰਕਸ ਹੈ ਟੋਟਲ ਮਾਰਕਸ ਇਨ ਵਰਡ ਜਿਸ ਨੇ ਮਾਰਕਸ ਦੇਣੇ ਨੇ ਉਹਦਾ ਕੰਮ ਹੈ ਤੁਹਾਡਾ ਕੋਈ ਕੰਮ ਨਹੀਂ ਹੈ ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਸ਼ੀਟਸ ਤੁਹਾਨੂੰ ਦਿਖਾ ਦਿਆਂ ਕਿ ਸੋ ਪੇਜ ਜਿਹੜੇ ਨੇ ਤੁਹਾਡੀ ਸ਼ੀਟ ਜਿਹੜੀ ਹੈ ਉਹ ਇਸ ਤਰ੍ਹਾਂ ਲੰਬੇ ਆਕਾਰ ਵਿੱਚ ਹੁੰਦੀ ਹੈ ਡਾਊਨਵਰਡ ਥੋੜੀ ਘੱਟ ਹੁੰਦੀ ਹੈ ਕਾਪੀ ਦੀ ਫਾਰਮ ਵਿੱਚ ਇਸ ਤਰ੍ਹਾਂ ਹੁੰਦੀ ਹੈ ਇਸ ਵਿੱਚ ਟੋਟਲ ਕਿੰਨੀਆਂ ਲਾਈਨਾਂ ਹਨ ਇੱਕ ਇਹ ਉੱਪਰ ਹਾਸ਼ਿਆ ਛੱਡਿਆ ਹੈ ਇੱਕ 2 3 4 5 6 7 8 9 10 11 12 13 14 ਇਹ 14 ਤੇ ਇਹ 14 ਦੇ ਨਾਲ ਇਹ 14 15 16 17 18 19 20 21 22 23 ਸੋ 23 ਲਾਈਨਾਂ ਨੇ ਨਾਰਮਲੀ ਅਸੀਂ ਇੱਕ ਲਾਈਨ ਲਾਸਟ ਵਾਲੀ ਛੱਡੀ ਜਾਂਦੀ ਹੈ ਉੱਪਰ ਹਾਸ਼ਿਆ ਹੈ ਸੋ 22 ਲਾਈਨਾਂ ਤੁਹਾਨੂੰ ਲਿਖਣ ਨੂੰ ਮਿਲ ਜਾਂਦੀਆਂ ਨੇ ਹਾਸ਼ਿਆ ਇੱਧਰ ਲੱਗਾ ਹੋਇਆ ਹੈ ਨਾਰਮਲੀ ਹੋ ਸਕਦਾ ਹੈ ਕਿ ਇਹ origignal ਤੋਂ ਕੋਸ਼ਿਸ਼ ਕੀਤੀ ਹੈ ਮੈਂ ਔਰ ਇਸ ਤਰਫ ਤੁਸੀਂ ਹਾਸ਼ਿਆ ਖੁਦ ਲਗਾਉਣਾ ਹੈ ਨਹੀਂ ਲਗਾਉਣਾ ਹੈ ਸਾਰੀਆਂ ਸ਼ੀਟਸ ਜਿਹੜੀਆਂ ਹੈ ਇਸ ਤਰ੍ਹਾਂ ਹੀ ਹੁੰਦੀਆਂ ਹਨ ਇਹਨਾਂ ਨੂੰ ਦੇਖਿਆ ਜਾ ਸਕਦਾ ਹੈ ਉੱਤੇ 5 ਹੋਏਗਾ ਯੂਨੀਵਰਸਿਟੀ ਦਾ ਔਰ ਇਹ ਸ਼ੀਟ ਹੈ ਇਸ ਦਾ ਅੰਦਾਜ਼ਾ ਲਾ ਲਓ ਤੁਸੀਂ 35 ਸ਼ੀਟਸ ਹੈ ਇਹਨਾਂ ਨੂੰ ਭਰਨਾ ਹੈ ਸੋ ਇੱਥੇ ਕੋਈ ਵੀ ਮਾਰਕ ਨਾ ਲਿਖਿਆ ਜਾਵੇ ਕੁਐਸਚਨ ਹੈ ਯੂਨਿਟ ਹਨਾ ਕੁਐਸਚਨ ਹੈ ਇੱਥੇ ਲਿਖਿਆ ਜਾ ਸਕਦਾ ਹੈ ਜੋ ਕੁਐਸਚਨ ਪੁੱਛਿਆ ਗਿਆ ਉਸ ਦੇ ਸੰਬੰਧ ਵਿੱਚ ਲਿਖਿਆ ਜਾਵੇ ਇਧਰ ਉਧਰ ਦੀ ਗੱਲ ਕੋਈ ਨਾ ਕੀਤੀ ਜਾਵੇ ਕਈ ਵਾਰੀ ਅਸੀਂ ਡਾਇਗਰਾਮ ਬਣਾਉਣੇ ਨੇ ਡਾਇਗਰਾਮ ਕਰਦੇ ਹਾਂ ਇਹ ਤਾਂ ਰਨਿੰਗ 'ਚ ਲਿਖ ਲਿਆ ਹੈ ਔਰ ਡਾਇਗਰਾਮ ਦਾ ਕੀ ਕਰਦੇ ਹਾਂ ਪੈਨਸਲ ਵਰਤ ਲੈਣੇ ਆ ਜਾਂ ਬਲੈਕ ਕਲਰ ਵਰਤ ਲੈਣੇ ਹਾਂ ਉਹ ਵੀ ਆਇਡੈਂਟੀਫਿਕੇਸ਼ਨ ਮਾਰਕ ਹੀ ਸਮਝਿਆ ਜਾਏਗਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਜਿਹਨਾਂ ਤੋਂ ਡਰ ਲੱਗ ਰਿਹਾ ਹੈ ਉਹ ਵਾਈਡ ਕਰਨੀ ਹੈ ਲਰਨ ਕਰਕੇ ਜਾਓ ਖਾਲੀ ਹੱਥ ਨਾ ਜਾਓ ਹੱਕ ਹalal ਦਿਖਾਈਏ ਤਾਂ ਮੇਰੇ ਖਿਆਲ ਇਮਾਨਦਾਰ ਲੱਕੜਹਾਰੇ ਚ ਬਰਕਤ ਜ਼ਿਆਦਾ ਹੀ ਪੈਗੀ ਥੈਂਕ ਯੂ